ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ। ਜਦੋਂ ਆਪਾਂ ਕਿਸੇ ਫਸਲ ਦੀ ਬਿਜਾਈ ਕਰ ਰਹੇ ਹੁੰਦੇ ਹਾਂ ਜਾਂ ਸ਼ੁਰੂਆਤ ਕਰ ਰਹੇ ਹੁੰਦੇ ਹਾਂ ਤਾਂ ਆਪਣੀ ਵੱਧੋ ਵੱਧ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਵਾਂ ਤਜਰਬਾ ਕਰੀਏ, ਹੰਢਾਈਏ ਅਤੇ ਉਹਦੇ ਵਿੱਚ ਸਫਲਤਾ ਪਾਈਏ। ਆਪਣੀਆਂ ਦੋ ਸਮੱਸਿਆਵਾਂ ਵੱਡੀਆਂ, ਪਹਿਲੀ ਸਮੱਸਿਆਵਾਂ ਨਦੀਨਾਂ ਨੂੰ ਲੈ ਕੇ ਆ। ਚਲੋ ਬਾਥੂ ਵਗੈਰਾ ਜਾਂ ਹੋਰ ਚੀਜ਼ਾਂ ਕੰਟਰੋਲ ਹੋ ਜਾਂਦੀਆਂ, ਪਰ ਗੁੱਲੀ ਡੰਡਾ ਨਹੀਂ ਕੰਟਰੋਲ ਹੋ ਰਿਹਾ। ਪਰ ਮੇਰਾ ਇਹ ਖੇਤ ਇਹੋ ਜਿਹਾ ਖੇਤ ਆ ਜਿਹੜੇ ਕਿ ਸਿਰ ਦੇ ਨਾਲੋਂ ਜ਼ਿਆਦਾ ਸੰਘਣਾ, ਸਿਰ ਦੇ ਵਾਲਾਂ ਦੇ ਨਾਲੋਂ ਜ਼ਿਆਦਾ ਸੰਘਣਾ ਗੁੱਲੀ ਡੰਡਾ ਇਹਦੇ ਵਿੱਚ ਉੱਗਰਦਾ। ਪਰ ਇਸ ਵਾਰ ਇਹਦੇ ਵਿੱਚ ਗੁੱਲੀ ਡੰਡਾ ਹੁਣ ਛਿੱਟਾ ਵੀ ਨਹੀਂ ਦਿਖਾਈ ਦੇ ਰਿਹਾ, ਕਿਉਂਕਿ ਕਣਕ ਆ ਜਿਹੜੀ ਉਹ ਪੱਕਾਈ ਵੱਲ ਵੱਧ ਰਹੀ ਹੈ। 80 ਅਤੇ 187 ਕਣਕ ਮਿਕਸ ਕਰਕੇ ਬਿਜਾਈ ਕੀਤੀ ਹੋਈ ਹੈ। ਇਹ ਸਾਰਾ ਪਲਾਟ ਮੇਰਾ ਮੰਡੀ ਵਿਕਣ ਵਾਸਤੇ ਜਾਣਾ, ਇਹਦਾ ਕੋਈ ਬੀਜ ਨਹੀਂ ਰੱਖਣਾ ਹੈਗਾ। ਪਰ ਇਹ ਇਸ ਪਲਾਟ ਦਾ ਮਕਸਦ ਹੀ ਝਾੜ ਸੀਗਾ ਅਤੇ ਨਦੀਨ ਕੰਟਰੋਲ ਕਰਨਾ। ਮੇਰਾ 2.5 ਕਿੱਲੇ ਦਾ ਪਲਾਟ ਜਿਹਦੇ ਵਿੱਚ ਸਾਰਾ ਨਦੀਨ ਪੂਰਾ ਪ੍ਰੋਪਰ ਕੰਟਰੋਲ ਹੋਇਆ, ਅਤੇ ਇਹ ਤਜਰਬਾ ਤੁਹਾਨੂੰ ਗਾਹਾਂ ਨੂੰ ਵੀ ਕੰਮ ਦੇਊਗਾ। ਤੁਹਾਨੂੰ ਅਗਲੇ ਸਾਲ ਜਿਹੜੀ ਇਹਦੀ ਪੂਰੀ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਾਊਗੀ। ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਹੋ ਤਾਂ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਹਰ ਵਾਰ ਸਮੇਂ ਤੇ ਮਿਲਦੀਆਂ ਰਹਿੰਦੀਆਂ। ਜਿਸ ਤਰ੍ਹਾਂ ਆਪਣੇ ਪੁਰਾਣੇ ਤਜਰਬੇ ਝੋਨੇ ਦੇ ਕੀਤੇ ਹੋਏ, ਇਸ ਵਾਰ ਤੁਹਾਨੂੰ ਫਿਰ ਝੋਨੇ ਦੇ ਵਿੱਚ ਸੀਜ਼ਨ ਵਿੱਚ ਉਹ ਕੰਮ ਦੇਣਗੇ। ਤਾਂ ਆਪਣੇ ਚੈਨਲ ਦੇ ਨਾਲ ਬਣੇ ਰਹੋ। ਧੰਨਵਾਦ।